ਕੀ ਪ੍ਰੋਬਲਮ ਹੈ, ਤੁਹਾਨੂੰ ਵੀ ਸੱਟ ਲੱਗੀ ਹੋਈ ਹੈ? ਹਾਂਜੀ, ਮੇਰਾ ਲਿਗਾਮੈਂਟ ਇੰਜਰੀ ਹੈਗਾ ਆ ਤੇ ਮੈਨੂੰ ਡਾਕਟਰ ਨੇ ਆਪਰੇਟ ਉਦਾਂ ਦੱਸਿਆ ਹੋਇਆ ਆ, ਬਟ ਮੈਂ ਹਜੇ ਉਹ ਪਲਾਨ ਕਰ ਰਹੀ ਸੀ। ਬਟ ਜਦੋਂ ਮੈਂ ਦੇਖਿਆ ਇੱਥੇ ਸਿਚੁਏਸ਼ਨ ਜ਼ਿਆਦਾ ਖਰਾਬ ਹੈ, ਇੱਥੇ ਲੋਕਾਂ ਨੂੰ ਸੱਟਾਂ ਲੱਗ ਰਹੀਆਂ, ਉਹ ਤਾਂ ਵੀ ਉਹਨੇ ਜਜ਼ਬੇ ਨਾਲ ਲੜਨ ਜਾ ਰਹੇ, ਤੇ ਇਹਨਾਂ ਦੀ ਦਰਦ ਦੇ ਅੱਗੇ ਮੇਰਾ ਦਰਦ ਵੀ ਘੱਟ ਆ। ਜ਼ਿਆਦਾਤਰ ਅਥਰੂ ਗੈਸ ਦੇ ਗੋਲਿਆਂ ਨਾਲ ਜੋ ਪ੍ਰਭਾਵਿਤ ਅੱਖਾਂ ਨੇ ਉਹਨਾਂ ਦੇ ਪੇਸ਼ੈਂਟਸ ਮੇਰੇ ਕੋਲ ਆ ਰਹੇ, ਅੱਖਾਂ ਲਾਲ, ਵਿਜ਼ਨ ਵੀ ਉਹਨਾਂ ਦੀ ਘੱਟ ਰਹੀ ਹੈ। ਪਾਇਰੇਟ ਗਨ ਦਾ ਤਾਂ ਯੂਜ਼ ਨਾ ਕੀਤਾ ਜਾਏ ਕਿਉਂਕਿ ਉਹ ਤਾਂ ਵੈਸੇ ਵੀ ਨੈਸ਼ਨਲੀ ਸਟ੍ਰਾਈਕ ਵਿੱਚ ਬੰਦ ਹੈ, ਬੈਨ ਨੇ, ਤੇ ਉਹ ਨਾ ਯੂਜ਼ ਕਰਨ। ਤੁਹਾਡੀ ਆਪਸੀ ਇੱਦਾਂ ਦੀ ਕੋਈ ਵੀ ਲੜਾਈ ਹੈਗੀ ਹੈ ਉਹਨੂੰ ਬੈਠ ਕੇ ਸੁਲਝਾਇਆ ਜਾਵੇ, ਨਾ ਕਿ ਇੱਦਾਂ ਕਿਸਾਨਾਂ ਨੂੰ ਫੱਟੜ ਕਰਕੇ ਤੁਹਾਡਾ ਸਲਿਊਸ਼ਨ ਨਹੀਂ ਨਿਕਲਣਾ, ਕਿਉਂਕਿ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਜਜ਼ਬਾ ਹੈ ਕਿ ਇਹ ਫਿਰ ਉੱਠ ਉੱਠ ਕੇ ਜਾਣਗੇ ਲੜਨ, ਤੇ ਇਹਨਾਂ ਨੇ ਹਾਰ ਇਹਨਾਂ ਨੂੰ ਮੰਨਣੀ ਹੀ ਪੈਣੀ ਹੈ ਕਿ ਇਹ ਬਹੁਤ ਲੋਕ ਬਹੁਤ ਬੁਰੀ ਹਾਲਤ 'ਚ ਇੰਜਰਡ ਹੋ ਰਹੇ ਆ, ਔਰ ਇੰਨੀਆਂ ਜ਼ਿਆਦਾ ਇੰਜਰੀਆਂ ਸਵੇਅਰ ਇਹਨਾਂ ਦੀਆਂ ਕਿ ਅੱਗੇ ਜਾ ਕੇ ਇਨਫੈਕਸ਼ਨ ਹੋ ਕੇ ਉਹ ਗੱਲ ਸਕਦੀਆਂ ਨੇ, ਜਿਨ੍ਹਾਂ ਕਰਕੇ ਇਹਨਾਂ ਦੀ ਕਈਆਂ ਦੀ ਬਾਹਾਂ ਜਿੱਦਾਂ ਹੋ ਸਕਦਾ ਕਿ ਜ਼ਿਆਦਾ ਗੱਲ ਜਾਣ ਅਤੇ ਉਹ ਕੱਟਣੀਆਂ ਵੀ ਪੈਣ। ਇਹਨਾਂ ਦੇ ਪ੍ਰਾਈਵੇਟ ਪਾਰਟੀ ਲੱਗੀ ਹੈ, ਕੱਲ੍ਹ ਇੱਕ ਮੁੰਡੇ ਦੀ ਅੱਖ ਵੀ ਨਿਕਲ ਗਈ ਹੈ ਗੋਲੇਬਾਰੀ ਨਾਲ, ਔਰ ਛਰੇ ਤਾਂ ਇੰਨੇ ਬੁਰੇ ਤਰੀਕੇ ਨਾਲ ਲੱਗ ਰਹੇ ਨੇ, ਬਹੁਤ ਜਿੱਦਾਂ ਸਾਰੇ ਢਿੱਡ ਛੰਨੀ ਬਣ ਗਿਆ ਪੂਰਾ, ਉਸ ਹਿਸਾਬ ਨਾਲ ਛਰੇ ਲੱਗ ਰਹੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ। ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ ਹੈ ਅਤੇ ਇਹ ਤਸਵੀਰਾਂ ਸਵੇਰ ਦੀਆਂ ਨੇ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਫਸਟ ਏਡ ਵੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਕੁਛ ਸੱਟ ਲੱਗੀ ਹੈ, ਜਿਹੜੇ ਜ਼ਖਮੀ ਹੋਏ ਉਹਨਾਂ ਦੀਆਂ ਇਹ ਤਸਵੀਰਾਂ ਨੇ ਇੱਥੇ। ਭਾਅ ਜੀ, ਪਰ ਕੱਲ੍ਹ ਦੀ ਗੱਲ ਹੈ ਭਾਅ ਜੀ, ਕੱਲ੍ਹ ਜਿਹੜਾ ਥਰੂ ਗੈਸ ਦਾ ਗੋਲਾ ਹੈ ਜੀ, ਉਹ ਸਿੱਧਾ ਆ ਰਿਹਾ ਸੀ, ਮੇਰੇ ਉੱਪਰ ਹੀ ਆਇਆ ਸਿੱਧਾ, ਮੈਂ ਹੱਥ 'ਚ ਕੈਚ ਕਰਕੇ ਘੱਗਰ 'ਚ ਸੜਤਾ ਸੀ, ਉਹਦੇ ਕਰਕੇ ਜ਼ਖਮ ਹੋਇਆ ਭਾਅ ਜੀ। ਮੈਂ ਜਨਤਾ ਨੂੰ ਬਚਾਉਣਾ ਸੀ, ਆਪਣੇ ਵੀ ਜਾਨ ਵੀ ਬਚਾਉਣੀ ਸੀ, ਪਰ ਆਪਣੀ ਜਾਨ ਦੀ ਪਰਵਾਹ ਕੋਈ ਨਹੀਂ ਆਪਾਂ ਨੂੰ, ਸਿੱਧੀ ਗੱਲ ਹੈ ਜੀ। ਫਿਰ ਵੀ ਮੈਂ ਹੱਥ 'ਚ ਕੈਚ ਕਰਕੇ ਸਿੱਧਾ ਮਾਰਿਆ ਜੀ, ਮੇਰੇ ਇਹ ਜ਼ਖਮ ਤਾਂ ਹੋਇਆ ਜੀ। ਕਿੱਥੋਂ ਆਏ ਹੋ ਤੁਸੀਂ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਆਏ ਲੁਧਿਆਣੇ ਤੋਂ। ਬਿਲਕੁਲ, ਇਹ ਫਸਟ ਏਡ ਦਿੱਤੀ ਜਾ ਰਹੀ ਹੈ, ਜਿਹੜੇ ਕਿ ਫਸਟ ਏਡ ਦੇ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਿਰ ਕਿਸ ਤਰੀਕੇ ਦੇ। ਮੈਮ, ਤੁਸੀਂ 3 ਦਿਨਾਂ ਤੋਂ ਇੱਥੇ ਹੋ, ਕਿਸ ਤਰੀਕੇ ਦੇ ਜਿਹੜੇ ਪੇਸ਼ੈਂਟ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਆ ਰਹੀਆਂ, ਜਿੱਦਾਂ ਇਹਨਾਂ ਨੂੰ ਤਾਂ ਅਥਰੂ ਗੈਸ ਦਾ ਗੋਲਾ ਲੱਗਿਆ ਇਹ ਕਹਿ ਰਹੇ ਆ, ਹੋਰ ਕਿਸ ਕਿਸ ਤਰੀਕੇ ਦੇ ਆ ਰਹੇ ਆ? ਇੱਥੇ ਜ਼ਿਆਦਾਤਰ ਅਥਰੂ ਗੈਸ ਦੇ ਗੋਲਿਆਂ ਨਾਲ ਜੋ ਪ੍ਰਭਾਵਿਤ ਅੱਖਾਂ ਨੇ ਉਹਨਾਂ ਦੇ ਪੇਸ਼ੈਂਟਸ ਮੇਰੇ ਕੋਲ ਆ ਰਹੇ, ਅੱਖਾਂ ਲਾਲ, ਵਿਜ਼ਨ ਵੀ ਉਹਨਾਂ ਦੀ ਘੱਟ ਰਹੀ ਹੈ, ਠੀਕ ਹੈ, ਅੱਖਾਂ 'ਚੋਂ ਪਾਣੀ ਆ ਰਿਹਾ ਲਗਾਤਾਰ, ਔਰ ਪਾਇਰੇਟਸ ਗਨ ਦਾ ਯੂਜ਼ ਹੋ ਰਿਹਾ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਜਿੱਦਾਂ ਲੋਕਾਂ ਦੇ ਪੱਟ, ਛਾਤੀਆਂ ਤੱਕ ਫੱਟੜ ਹੋਈਆਂ ਨੇ, ਬਾਹਾਂ ਤੱਕ ਫੱਟੜ ਹੋਈਆਂ ਨੇ, ਔਰ ਇੱਕ ਗੋਲੇਬਾਰੀ ਕਰ ਰਿਹਾ ਜਿਹਦੇ ਵਿੱਚੋਂ ਛਰੇ ਨਿਕਲਦੇ ਨੇ, ਔਰ ਛਰੇ 1.5 ਤੋਂ 2 ਇੰਚ ਤੱਕ ਅੰਦਰ ਜਾਂਦੇ, ਉਹ ਕੱਢਣੇ ਬਹੁਤ ਹੀ ਮੁਸ਼ਕਿਲ ਹੋ ਜਾਂਦੇ ਜੋ ਬਹੁਤ ਜ਼ਹਿਰੀਲੇ ਨੇ, ਠੀਕ ਹੈ। ਅਤੇ ਮੈਂ ਇਹੀ ਸਰਕਾਰ ਨੂੰ ਰਿਕੁਐਸਟ ਕਰੂੰਗੀ ਅੱਜ ਕਿ ਘੱਟੋ ਘੱਟ ਪਾਇਰੇਟਸ ਗਨ ਦਾ ਤਾਂ ਯੂਜ਼ ਨਾ ਕੀਤਾ ਜਾਏ ਕਿਉਂਕਿ ਉਹ ਤਾਂ ਵੈਸੇ ਵੀ ਨੈਸ਼ਨਲੀ ਸਟ੍ਰਾਈਕ ਵਿੱਚ ਬੰਦ ਹੈ, ਬੈਨ ਨੇ, ਅਤੇ ਉਹ ਨਾ ਯੂਜ਼ ਕਰਨ। ਤੁਹਾਡੀ ਆਪਸੀ ਇੱਦਾਂ ਦੀ ਕੋਈ ਵੀ ਲੜਾਈ ਹੈਗੀ ਹੈ ਉਹਨੂੰ ਬੈਠ ਕੇ ਸੁਲਝਾਇਆ ਜਾਵੇ, ਨਾ ਕਿ ਇੱਦਾਂ ਕਿਸਾਨਾਂ ਨੂੰ ਫੱਟੜ ਕਰਕੇ ਤੁਹਾਡਾ ਸਲਿਊਸ਼ਨ ਨਹੀਂ ਨਿਕਲਣਾ, ਕਿਉਂਕਿ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਜਜ਼ਬਾ ਹੈ ਕਿ ਇਹ ਫਿਰ ਉੱਠ ਉੱਠ ਕੇ ਜਾਣਗੇ ਲੜਨ, ਅਤੇ ਇਹਨਾਂ ਨੇ ਹਾਰ ਇਹਨਾਂ ਨੂੰ ਮੰਨਣੀ ਹੀ ਪੈਣੀ ਹੈ, ਠੀਕ ਹੈ, ਅਤੇ ਇਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਲੋਕ ਬਹੁਤ ਬੁਰੀ ਹਾਲਤ 'ਚ ਇੰਜਰਡ ਹੋ ਰਹੇ ਆ, ਔਰ ਇੰਨੀਆਂ ਜ਼ਿਆਦਾ ਇੰਜਰੀਆਂ ਸਵੇਅਰ ਇਹਨਾਂ ਦੀਆਂ ਕਿ ਅੱਗੇ ਜਾ ਕੇ ਇਨਫੈਕਸ਼ਨ ਹੋ ਕੇ ਉਹ ਗੱਲ ਸਕਦੀਆਂ ਨੇ, ਜਿਨ੍ਹਾਂ ਕਰਕੇ ਇਹਨਾਂ ਦੀ ਕਈਆਂ ਦੀ ਬਾਹਾਂ ਜਿੱਦਾਂ ਹੋ ਸਕਦਾ ਕਿ ਜ਼ਿਆਦਾ ਗੱਲ ਜਾਣ ਅਤੇ ਉਹ ਕੱਟਣੀਆਂ ਵੀ ਪੈਣ।
ਠੀਕ ਹੈ। ਫਸਟ ਏਡ 'ਚ ਜੋ ਪਤਾ ਲੱਗ ਰਿਹਾ ਉਹਦੇ ਹਿਸਾਬ ਨਾਲ ਗੰਭੀਰ ਸੱਟਾਂ ਲੱਗ ਰਹੀਆਂ, ਤੁਸੀਂ ਕਹਿ ਰਹੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗ ਰਹੀਆਂ, ਕਈਆਂ ਦੇ ਪ੍ਰਾਈਵੇਟ ਪਾਰਟੀ ਲੱਗੀ ਹੈ, ਕੱਲ੍ਹ ਇੱਕ ਮੁੰਡੇ ਦੀ ਅੱਖ ਵੀ ਨਿਕਲ ਗਈ ਹੈ ਗੋਲੇਬਾਰੀ ਨਾਲ, ਔਰ ਛਰੇ ਤਾਂ ਇੰਨੇ ਬੁਰੇ ਤਰੀਕੇ ਨਾਲ ਲੱਗ ਰਹੇ ਨੇ, ਬਹੁਤ ਜਿੱਦਾਂ ਸਾਰੇ ਢਿੱਡ ਛੰਨਣੀ ਬਣ ਗਿਆ ਹੈ ਪੂਰਾ, ਉਸ ਹਿਸਾਬ ਨਾਲ ਛਰੇ ਲੱਗ ਰਹੇ ਨੇ। ਔਰ ਲੋਕਾਂ ਨੂੰ ਜਿੱਦਾਂ ਪਾਣੀ ਦੀ ਜੇ ਬੁਛਾਰ ਕਰ ਰਹੇ, ਉਹਨਾਂ ਨੂੰ ਲੋਕਾਂ ਨੂੰ ਤੇਜ਼ ਬੁਖਾਰ, ਜ਼ੁਕਾਮ ਵਰਗੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ, ਔਰ ਅੱਖਾਂ ਦਾ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਲੋਕਾਂ ਨੂੰ ਅੱਖਾਂ ਲਾਲ ਹੈ। ਅਤੇ ਮੈਂ ਲੋਕਾਂ ਨੂੰ ਇਹ ਵੀ ਕਹੂੰਗੀ, ਜਿਹੜੇ ਕਿਸਾਨ ਲੋਕ, ਜਿਹੜੇ ਕਿਸਾਨ ਭਾਈ ਅੱਗੇ ਜਾ ਰਹੇ ਨੇ, ਉਹ ਨਮਕ ਜੀਭ 'ਤੇ ਰੱਖ ਕੇ ਜਾਣ, ਤਾਂ ਕਿ ਉਹ ਜਿਹੜਾ ਉਹਨਾਂ ਦਾ ਸਲਾਈਵਾ ਆ ਮੂੰਹ ਦੇ ਅੰਦਰ, ਉਹ ਬਹੁਤ ਪਾਵਰਫੁਲ ਆ, ਧੂੰਏ ਦਾ ਪ੍ਰਭਾਵ ਘੱਟ ਕਰੇਗਾ ਔਰ ਧੂੰਆਂ ਚੜ੍ਹਨ ਨਹੀਂ ਦੇਗਾ ਉਹਨਾਂ ਨੂੰ, ਠੀਕ ਹੈ। ਜਿਹੜੇ ਕਿਸਾਨ ਭਾਈ ਅੱਗੇ ਜਾ ਰਹੇ ਨੇ, ਗਿੱਲਾ ਕੱਪੜਾ ਮੂੰਹ 'ਤੇ ਬੰਨ੍ਹ ਕੇ ਜਾਣ ਅਤੇ ਨਮਕ ਜੀਭ 'ਤੇ ਰੱਖ ਕੇ ਜਾਣ, ਤਾਂ ਕਿ ਧੂੰਏ ਦਾ ਅਸਰ ਉਹਨਾਂ 'ਤੇ ਘੱਟ ਹੀ ਰਹੇ। ਬਿਲਕੁਲ, ਜਿਹੜੇ ਹਾਲੇ ਜ਼ਖਮੀ ਹੈ ਉਹਨਾਂ ਨੂੰ ਫਸਟ ਏਡ ਤਾਂ ਮਿਲ ਰਹੀ ਹੈ, ਪਰ ਉਹਨਾਂ ਨੂੰ ਤੁਹਾਡੇ ਮੁਤਾਬਿਕ ਇਹ ਨੁਕਸਾਨ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋ ਸਕਦਾ ਹੈ, ਹਾਲੇ ਪਤਾ ਨਹੀਂ ਲੱਗ ਪਾ ਰਿਹਾ ਜਿਹੜੇ ਇੱਥੇ ਆ ਰਹੇ। ਹਾਂਜੀ, ਜਿੱਦਾਂ ਮੈਂ ਆਪਾਂ ਇਹੀ ਸੋਚ ਕੇ ਆਏ ਸੀਗੇ ਕਿ 100-150 ਬੰਦੇ ਦੇ ਹਿਸਾਬ ਨਾਲ ਆਪਾਂ ਫਸਟ ਏਡ ਲੈ ਕੇ ਆਏ ਸੀ, ਪਰ ਇੱਥੇ ਇੰਨੀ ਗੰਭੀਰਤਾ ਲੱਗ ਰਹੀ ਹੈ, ਇੰਨਾ ਜ਼ਿਆਦਾ ਉਹਨਾਂ ਦਾ ਕੀ ਕਹਿੰਦੇ ਤਸੱਦਦ ਹੋ ਰਿਹਾ ਆ ਕਿ ਇੱਥੇ ਲੋਕਾਂ ਬਹੁਤ ਲੋਕ ਇੰਜਰਡ ਹੋ ਰਹੇ। ਆਪਾਂ ਕੱਲ੍ਹ ਤੋਂ 300 ਤੋਂ 400 ਲੋਕਾਂ ਨੂੰ ਟ੍ਰੀਟ ਕਰ ਚੁੱਕੇ ਹਾਂ ਇੱਥੇ, ਔਰ 100 ਤੋਂ 150 ਬੰਦਾ ਇੰਜਰਡ ਹੋਇਆ, ਔਰ ਉਹ ਵੀ ਬਹੁਤ ਹੀ ਬੁਰੀ ਤਰ੍ਹਾਂ ਹੋਇਆ, ਜਿਨ੍ਹਾਂ ਨੂੰ ਮੈਂ ਡਰੈਸਿੰਗ ਵੀ ਕੀਤੀ ਆ, ਈਵਨ ਸਰਜੀਕਲ ਬਲੇਡ ਦੇ ਨਾਲ ਛਰੇ ਵੀ ਕੱਢੇ ਨੇ ਉਹਨਾਂ ਦੇ। ਬਿਲਕੁਲ, ਤੁਹਾਡਾ ਕੀ ਨਾਮ ਹੈ, ਤੁਸੀਂ ਕਿੱਥੋਂ ਆਏ ਹੋ? ਮੈਂ ਹੀਨਾ ਆ, ਮੈਂ ਜਲੰਧਰ ਤੋਂ ਆਈ ਹਾਂ, ਅਤੇ ਮੈਂ ਉੱਦਾਂ ਮੇਰਾ ਬੈਕਗਰਾਉਂਡ ਨਰਸਿੰਗ ਸਟਾਫ ਆ। ਤੁਹਾਨੂੰ ਵੀ ਕੋਈ ਪ੍ਰੋਬਲਮ ਹੈ, ਤੁਹਾਨੂੰ ਵੀ ਸੱਟ ਲੱਗੀ ਹੋਈ ਹੈ? ਹਾਂਜੀ, ਮੇਰਾ ਲਿਗਾਮੈਂਟ ਇੰਜਰੀ ਹੈਗਾ ਆ, ਅਤੇ ਮੈਨੂੰ ਡਾਕਟਰ ਨੇ ਓਪਰੇਟ ਉੱਦਾਂ ਦੱਸਿਆ ਹੋਇਆ ਆ, ਬਟ ਮੈਂ ਹਜੇ ਉਹ ਪਲਾਨ ਕਰ ਰਹੀ ਸੀ, ਬਟ ਜਦੋਂ ਮੈਂ ਦੇਖਿਆ ਇੱਥੇ ਸਿਚੁਏਸ਼ਨ ਜ਼ਿਆਦਾ ਖਰਾਬ ਹੈ, ਇੱਥੇ ਲੋਕਾਂ ਨੂੰ ਸੱਟਾਂ ਲੱਗ ਰਹੀਆਂ, ਉਹ ਤਾਂ ਵੀ ਉਹਨੇ ਜਜ਼ਬੇ ਨਾਲ ਲੜਨ ਜਾ ਰਹੇ, ਅਤੇ ਇਹਨਾਂ ਦੀ ਦਰਦ ਦੇ ਅੱਗੇ ਮੇਰਾ ਦਰਦ ਵੀ ਘੱਟ ਆ, ਤਾਂ ਮੈਂ ਇੱਥੇ ਇਹਨਾਂ ਦੀ ਸੇਵਾ ਲਈ ਪਹੁੰਚੀ। ਬਿਲਕੁਲ, ਬਹੁਤ ਇਹ ਜਜ਼ਬੇ ਦੀਆਂ ਤਸਵੀਰਾਂ ਨੇ ਜੋ ਕਿ ਖੁਦ ਉਹਨਾਂ ਨੂੰ ਸੱਟ ਲੱਗੀ ਹੋਈ ਹੈ, ਪਰ ਉਹ ਇੱਥੇ ਆ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ, ਫਸਟ ਏਡ ਦੇ ਰਹੇ ਨੇ। ਪਰ ਇਹ ਜਿਹੜੇ ਇਹਨਾਂ ਦਾ ਕਹਿਣਾ ਹੈ ਕਿ 300 ਦੇ ਕਰੀਬ ਇਹਨਾਂ ਦੇ ਕੋਲ ਫਸਟ ਏਡ ਦੇ ਹੋ ਚੁੱਕੇ, ਜਲੰਧਰ ਤੋਂ ਆਏ ਨੇ, ਇਹਨਾਂ ਦਾ ਨਾਮ ਹਿਨਾ ਹੈ, ਅਤੇ ਇਹ ਤਸਵੀਰਾਂ ਸਿਰਫ ਇੱਥੇ ਹੀ ਦੇਖਣ ਨੂੰ ਮਿਲ ਸਕਦੀਆਂ, ਸਿਰਫ ਪੰਜਾਬ 'ਚ ਹੀ ਦੇਖਣ ਨੂੰ ਮਿਲ ਸਕਦੀਆਂ। ਕੈਮਰਾ ਪਰਸਨ ਮਨੀਸ਼ ਦੇ ਨਾਲ ਇਮਰਾਨ ਖਾਨ।